ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤੁਹਾਨੂੰ ਹੁਣ ਸਫ਼ਰ ਏ ਸ਼ਹਾਦਤ ਦੇ ਅਗਲੇ ਹਿੱਸੇ ਵਿੱਚ ਲੈ ਕੇ ਚੱਲੇ ਹਾਂ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਜੰਗਲਾਂ ਵਿੱਚ ਜਾਂਦੇ ਨੇ, ਕਿਵੇਂ ਉੱਥੇ ਰਹਿੰਦੇ ਨੇ, ਕਿਵੇਂ ਰਾਤ ਇੰਨੀ ਠੰਡੀ ਪੋਹ ਦੀ ਰਾਤ ਕੱਢਦੇ ਨੇ, ਉਹ ਤੁਹਾਨੂੰ ਦੱਸਾਂਗੇ ਅਤੇ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਅਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਚੈਨਲ ਨੂੰ ਪਿਆਰ ਦਿੰਦੇ ਰਹੋ ਅਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਅਤੇ ਚੱਲਦੇ ਹਾਂ ਜੀ ਆਪਾਂ ਸਫ਼ਰੇ ਸਾਹਿਤ ਦੇ ਅਗਲੇ ਪੜਾਅ ਵੱਲ। ਆਪਾਂ ਪਹੁੰਚ ਚੁੱਕੇ ਹਾਂ ਹੁਣ ਜੀ ਸਮਰਾਲਾ। ਸਮਰਾਲੇ ਤੋਂ ਮਾਛੀਵਾੜਾ ਥੋੜ੍ਹਾ ਜਿਹਾ ਹੀ ਦੂਰ ਆ, ਅਤੇ ਕਰਾਉਣੇ ਆ ਫਿਰ ਤੁਹਾਨੂੰ ਦਰਸ਼ਨ ਮਾਛੀਵਾੜਾ ਦੇ ਗੁਰਦੁਆਰਾ ਸਾਹਿਬ ਦੇ, ਅਤੇ ਇਸ ਜਾਣੂ ਕਰਾਵਾਂਗੇ ਤੁਹਾਨੂੰ ਉੱਥੋਂ ਦੇ ਇਤਿਹਾਸ ਬਾਰੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਹੇਠਾਂ ਵਿਸ਼ਰਾਮ ਕੀਤਾ, ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਪਵਾਤ ਸਹਿਜੋ ਮਾਜਰਾ ਹੁੰਦੇ ਹੋਇਆਂ ਮਾਛੀਵਾੜੀ ਦੇ ਜੰਗਲਾਂ ਨੂੰ ਭਾਗ ਲਾਏ। ਗੁਰੂ ਜੀ ਨੇ ਇੱਥੇ ਇੱਕ ਖੂਹ 'ਤੇ ਪਹੁੰਚ ਕੇ ਜਲ ਛਕਿਆ, ਫਿਰ ਝੰਡ ਦੇ ਦਰਖਤ ਹੇਠਾਂ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਡ ਨੂੰ ਸਿਰਹਾਣੇ ਰੱਖ ਕੇ ਆਰਾਮ ਕੀਤਾ। ਉਹ ਖੂਹ ਸਰੋਵਰ ਦੇ ਨੇੜੇ ਅਤੇ ਜੰਡ ਦਾ ਦਰਖਤ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਅੱਜ ਵੀ ਮੌਜੂਦ ਹਨ। ਇੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ। ਇਹ ਗੁਰੂ ਜੀ ਨੂੰ ਆਪਣੇ ਖਿਆਲ ਵਿੱਚ ਆਇਆ ਸੀ ਸ਼ਬਦ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦਬੀਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਰੋਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਤਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਇੱਥੇ ਹੀ ਪੰਜ ਪਿਆਰਿਆਂ ਵਿੱਚ ਦੋ ਪਿਆਰੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਇੱਕ ਸਿੱਖ ਭਾਈ ਮਾਨ ਸਿੰਘ ਗੁਰੂ ਜੀ ਨੂੰ ਆ ਮਿਲੇ। ਇੱਥੇ ਗੁਰੂ ਜੀ ਭਾਈ ਗੁਲਾਬੇ ਪੰਜਾਬੇ ਨਾਲ ਮਾਛੀਵਾੜੇ ਵਿਖੇ ਉਹਨਾਂ ਦੇ ਘਰ ਗਏ। ਉੱਥੇ ਹੀ ਮਾਤਾ ਹਰਦੇਈ ਪਾਸੋਂ ਚੋਲਾ ਪ੍ਰਵਾਨ ਕੀਤਾ, ਜਿੱਥੇ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸਵਾਈਮਾਨ ਹੈ। ਉੱਥੋਂ ਗੁਰੂ ਸਾਹਿਬ ਗਣੀ ਖਾਂ ਨਵੀ ਖਾਂ ਦੇ ਘਰ ਗਏ, ਜਿੱਥੇ ਹੁਣ ਗੁਰਦੁਆਰਾ ਸਾਹਿਬ ਗਣੀ ਖਾਂ ਨਵੀ ਖਾਂ ਸੁਸ਼ੋਭਿਤ ਹੈ। ਉੱਥੋਂ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜਾ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਨੇ ਘੇਰਾ ਪਾ ਲਿਆ। ਇੱਥੇ ਗੁਰੂ ਜੀ ਦੀ ਉੱਚ ਦੇ ਪੀਰ ਵਜੋਂ ਦਿਲਾਵਰ ਖਾਂ ਨੇ ਸੱਯਦ ਪੀਰ ਮੁਹੰਮਦ ਕਾਜੀ ਪਾਸੋਂ ਸ਼ਨਾਖਤ ਕਰਵਾਈ, ਜਿੱਥੇ ਹੁਣ ਗੁਰਦੁਆਰਾ ਸ੍ਰੀ ਕਿਰਪਾਨ ਸਾਹਿਬ ਸਥਿਤ ਹੈ। ਇਹਨਾਂ ਗੁਰਦੁਆਰਿਆਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਅਤੇ ਸਾਡੇ ਚੈਨਲ ਨਾਲ ਜੁੜੇ ਰਹੋ, ਪਿਆਰ ਦਿੰਦੇ ਰਹੋ ਸਾਡੇ ਚੈਨਲ ਨੂੰ, ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਮਾਛੀਵਾੜਾ ਦੇ ਰਸਤੇ 'ਤੇ, ਚੱਲ ਰਹੇ ਹਾਂ ਹੁਣ ਆਪਾਂ। ਬਸ ਥੋੜ੍ਹਾ ਜਿਹਾ ਦੂਰ ਹੋਰ ਰਸਤਾ ਰਹਿ ਗਿਆ ਅਤੇ ਮਾਛੀਵਾੜਾ ਪਹੁੰਚਣ ਵਾਲੇ ਹਾਂ ਆਪਾਂ। ਰਸਤਾ ਦੇਖੋ ਹਾਲੇ ਵੀ ਇਸ ਸਾਈਡ ਦਾ ਜੰਗਲ ਵਾਂਗੂ ਹੀ ਰਿਹਾ ਭਰਿਆ ਵਾ, ਜਿਵੇਂ ਜੰਗਲ ਹੁੰਦੇ ਨੇ।
ਅਤੇ ਮਾਛੀਵਾੜੇ ਦਾ ਇਤਿਹਾਸ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ, ਅਤੇ ਬਾਕੀ ਉੱਥੇ ਜਾ ਕੇ ਦਿਖਾਵਾਂਗੇ। ਲਓ ਜੀ, ਮਾਛੀਵਾੜਾ ਸਾਹਿਬ ਵਿੱਚ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ। ਇਸ ਸਥਾਨ ਵਿਸ਼ਰਾਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀ ਫਟੇ ਪਸਤਰਾਂ ਵਿੱਚ ਕੰਡਿਆਲੇ ਅਤੇ ਬੇਖਮ ਰਸਤੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਦੇ ਬਿਆਬਾਨ ਜੰਗਲਾਂ ਵਿੱਚ ਜਾ ਪਹੁੰਚੇ। ਉੱਥੇ ਪਹੁੰਚ ਕੇ ਆਪ ਜੀ ਨੇ ਪਹਿਲਾਂ ਖੂਹ ਵਿੱਚੋਂ ਪਾਣੀ ਕੱਢ ਕੇ ਪੀਤਾ ਅਤੇ ਲਗਭਗ 20 ਗਜ਼ ਦੀ ਦੂਰੀ 'ਤੇ ਸਥਿਤ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਰਾਹਣਾ ਬਣਾ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਫੜ ਕੇ ਦੋ ਜਹਾਂਦੇ ਵਾਲੀ ਕਲਕੀਆਂ ਵਾਲੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਪਾਤਸ਼ਾਹ ਜੀ ਦੇ ਕੋਮਲ ਚਰਨ ਕਮਲਾਂ ਵਿੱਚੋਂ ਖੂਨ ਸਹੀ ਰਿਹਾ ਸੀ। ਅਜਿਹੇ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਫਰਮਾਇਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦਬੀਨ ਰੋਗ ਰਜਾਈਆਂ ਦਾ ਓਵਨ ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਤਰ ਚੰਗਾ ਭੱਠਖੇੜਿਆਂ ਦਾ ਰਹਿਣਾ। ਇਸੇ ਦੌਰਾਨ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਦੋ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਵੱਲ ਚੱਲਦਿਆਂ ਮਾਛੀਵਾੜੇ ਜੰਗਲਾਂ ਵਿੱਚ ਗੁਰੂ ਸਾਹਿਬ ਜੀ ਨੂੰ ਆ ਮਿਲੇ। ਇਹ ਸਮਾਂ ਪੋਹ ਫਟਾਲੇ ਦਾ ਸੀ। ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਿਤਨੇਮ ਕਰਨ ਲੱਗ ਪਏ। ਉਸ ਸਮੇਂ ਸਥਿਤ ਇੱਕ ਬਾਗ ਦਾ ਰਾਖਾ ਮਾਹੀ ਉੱਧਰ ਆ ਨਿਕਲਿਆ। ਜਦੋਂ ਉਸਨੇ ਗੁਰੂ ਜੀ ਅਤੇ ਸਿੰਘਾਂ ਨੂੰ ਉੱਥੇ ਬੈਠੇ ਦੇਖਿਆ, ਉਸਨੇ ਬਾਗ ਦੇ ਮਾਲਕ ਭਾਈ ਗੁਲਾਬੇ ਅਤੇ ਭਾਈ ਪੰਜਾਬੀ ਨੂੰ ਦੱਸਿਆ। ਉਹ ਗੁਰੂ ਸਾਹਿਬ ਨੂੰ ਆਪਣੇ ਘਰ ਸਤਿਕਾਰ ਸਹਿਤ ਲੈ ਗਏ। ਉਸ ਘਰ ਵਾਲੀ ਜਗ੍ਹਾ ਪਰ ਅੱਜ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸਵਾਈਮਾਨ ਹੈ। ਮਾਛੀਵਾੜਾ ਦੇ ਨਗਰ ਵਿੱਚ ਘੋੜਿਆਂ ਦੇ ਵਪਾਰੀ ਦੋ ਭਰਾ ਭਾਈ ਗਣੀ ਖਾਂ ਅਤੇ ਭਾਈ ਨਵੀ ਖਾਂ ਰਿਹਾ ਕਰਦੇ ਸਨ। ਉਹ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕੇ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਿਆ ਕਰਦੇ ਸਨ ਅਤੇ ਗੁਰੂ ਸਾਹਿਬ ਜੀ ਦੇ ਅਨੰਨ ਸ਼ਰਧਾਲੂ ਵੀ ਸਨ। ਜਦੋਂ ਉਹਨਾਂ ਨੂੰ ਮੁੜ ਗੁਰੂ ਸਾਹਿਬ ਜੀ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਜੀ ਨੂੰ ਭਾਈ ਗੁਲਾਬੇ ਅਤੇ ਭਾਈ ਪੰਜਾਬੀ ਦੇ ਘਰੋਂ ਆਪਣੇ ਘਰ ਲੈ ਗਏ। ਭਾਈ ਗਣੀ ਖਾਂ ਅਤੇ ਭਾਈ ਨਵੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਜੀ ਨੂੰ ਮੁਗਲਾਂ ਦੀਆਂ ਫੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਅਤੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਿਕਲਣ ਦੀ ਵਿਚਾਰ ਕੀਤੀ। ਇਸ ਥਾਂ ਪੁਰ ਹੁਣ ਗੁਰਦੁਆਰਾ ਸਾਹਿਬ ਗਣੀ ਖਾਂ ਭਾਈ ਨਵੀ ਖਾਂ ਸੁਸ਼ੋਭਿਤ ਹੈ। ਮਾਤਾ ਹਰਦੋਈ ਜੀ ਜੋ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਗੁਰੂ ਸਾਹਿਬ ਜੀ ਨੇ ਮਾਤਾ ਜੀ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸੇ ਪੁਸ਼ਾਕੇ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲੇ ਰੰਗ ਵਿੱਚ ਰੰਗਵਾਇਆ। ਗੁਰੂ ਸਾਹਿਬ ਜੀ ਨੇ ਨੀਲੇ ਬਸਤਰ ਪਹਿਨ ਕੇ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਉੱਪਰ ਬਿਰਾਜਮਾਨ ਹੋ ਗਏ। ਭਾਈ ਗਣੀ ਖਾਂ ਅਤੇ ਭਾਈ ਨਵੀ ਖਾਂ ਭਰਾਵਾਂ ਨੇ ਪਲੰਘ ਨੂੰ ਅੱਗੇ ਅਤੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੇ ਪਿੱਛੋਂ ਆਪਣੇ ਮੁੰਡਿਆਂ ਉੱਪਰ ਚੁੱਕ ਲਿਆ ਅਤੇ ਭਾਈ ਮਾਨ ਸਿੰਘ ਚੋਰ ਕਰਨ ਲੱਗੇ। ਪਿੰਡ ਤੋਂ ਬਾਹਰ ਕੁਛ ਦੂਰੀ 'ਤੇ ਮੁਗਲ ਸੈਨਾ ਦੀ ਚੌਂਕੀ ਸੀ ਜਿੱਥੇ ਦਿਲਾਵਰ ਖਾਂ ਨੇ
ਪੁੱਛਿਆ ਕਿ ਪਲੰਘ 'ਤੇ ਕੌਣ ਹੈ ਤਾਂ ਭਾਈ ਨਬੀ ਖਾਂ ਨਬੀ ਗਣੀ ਖਾਂ ਨੇ ਉੱਤਰ ਦਿੱਤਾ ਕਿ ਉਹ ਸਾਡੇ ਉੱਚ ਦੇ ਪੀਰ ਹਨ। ਫਿਰ ਉਸ ਨੇ ਬੇਨਤੀ ਕੀਤੀ ਕਿ ਪੀਰ ਸਾਹਿਬ ਉਹਨਾਂ ਦਾ ਖਾਣਾ ਖਾ ਕੇ ਜਾਣ। ਭਾਈ ਨਬੀ ਖਾਂ ਅਤੇ ਭਾਈ ਗਣੀ ਖਾਂ ਨੇ ਉਤਾਰ ਦਿੱਤਾ ਕਿ ਪੀਰ ਜੀ ਦਾ ਪੱਕਾ ਰੋਜ਼ਾ ਹੈ, ਪਰ ਉਸਦੇ ਮਰੀਦ ਖਾਣਾ ਖਾ ਲੈਣਗੇ। ਇਸ ਤਰ੍ਹਾਂ ਗੁਰੂ ਜੀ ਉੱਥੇ ਰੁਕ ਗਏ। ਇਸ ਸਮੇਂ ਦੌਰਾਨ ਦਿਲਾਵਰ ਖਾਂ ਨੇ ਗੁਰੂ ਜੀ ਜੀ ਦੀ ਪਛਾਣ ਲਈ ਨੂਰਪੁਰ ਤੋਂ ਸੱਯਦ ਪੀਰ ਮੁਹੰਮਦ ਗਾਜੀ ਨੂੰ ਬੁਲਾਵਾ ਲਿਆ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਅਨੁਸਾਰ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹੀ ਹਨ ਤਾਂ ਗੁਰੂ ਸਾਹਿਬ ਜੀ ਅੱਗੇ 400 ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ। ਸਾਥੀ ਸਿੰਘਾਂ ਨੇ ਉਸ ਦੁਆਰਾ ਪਰੋਸਿਆ ਖਾਣਾ ਵੀ ਛਕਿਆ। ਇਸ ਸਥਾਨ ਪਰ ਹੁਣ ਗੁਰੂ ਗੁਰਦੁਆਰਾ ਸ੍ਰੀ ਕਿਰਪਾਨ ਭੇਡ ਸਾਹਿਬ। ਕੀ ਹਾਲ ਚਾਲ ਸਾਰਿਆਂ ਦਾ ਜੀ? ਮੇਰੇ ਚੈਨਲ ਗੁਰ ਬਲੌਗਰ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਚਰਨ ਕਮਲ ਮਾਛੀਵਾੜਾ ਸਾਹਿਬ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਰਖਤ ਹੇਠਾਂ ਵਿਸ਼ਰਾਮ ਕੀਤਾ ਸੀਗਾ। ਦਿਖਾਉਣੇ ਹਨ ਗੁਰਦੁਆਰਾ ਸਾਹਿਬ ਅਤੇ ਇੱਥੇ ਦਾ ਇਤਿਹਾਸ ਦੱਸਾਂਗੇ। ਅਤੇ ਉਸ ਤੋਂ ਪਹਿਲਾਂ ਸਾਡੇ ਚੈਨਲ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਅਤੇ ਆਪਣਾ ਐਵੇਂ ਸਫ਼ਰ ਆਪਣਾ ਜਾਰੀ ਰਹੂਗਾ, ਸਫ਼ਰ ਸ਼ਹਾਦਤ ਦਾ, ਕਿ ਜਿੱਥੇ ਜਿੱਥੇ ਸ਼ਹਾਦਤਾਂ ਦਿੱਤੀਆਂ ਸੀਗੀਆਂ ਗੁਰੂ ਪਰਿਵਾਰ ਨੇ। ਅਤੇ ਦਿਖਾਉਣੇ ਹਾਂ ਤੁਹਾਨੂੰ ਅੱਗੇ। ਹਾਂ, ਗੁਰਦੁਆਰਾ ਸਾਹਿਬ ਜੀ ਮਾਛੀਵਾੜਾ ਸਾਹਿਬ, ਬਾਹਰ ਆ ਗਈ ਮਾਰਕੀਟ ਲੱਗੀ ਹੋਈ ਆ ਉਰੇ। ਅਤੇ ਇੱਧਰ ਸਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਣੇ ਆਉਣ, ਫਿਰ ਉਹ ਦਰਸ਼ਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ। ਅਤੇ ਅੰਦਰ ਗੁਰਦੁਆਰਾ ਸਾਹਿਬ ਰਸਤਾ ਜਾਂਦਾ ਹੈ, ਸਿੱਖ ਅਜਾਇਬ ਘਰ ਇਧਰਲੀ ਸਾਈਡ ਆ ਜਾਂਦਾ ਵਾ। ਬਹੁਤ ਸਾਰੀ ਸੰਗਤ ਆਈ ਵੀ ਅੱਜ, ਕਿਉਂਕਿ ਸ਼ਹੀਦੀ ਦਿਨ ਸ਼ੁਰੂ ਹੋਣ ਵਾਲੇ ਨੇ। ਜੋੜੇ ਇੱਥੇ ਜਮ੍ਹਾਂ ਹੁੰਦੇ ਇੱਧਰਲੀ ਸਾਈਡ, ਅਤੇ ਇੱਧਰ ਗੁਰਦੁਆਰਾ ਸਾਹਿਬ, ਇੱਧਰ ਸਰੋਵਰ ਆ ਗਿਆ। ਅਤੇ ਆ ਗੁਰਦੁਆਰਾ ਸਾਹਿਬ ਦਾ ਏਰੀਆ ਆ ਗਿਆ, ਅਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੁਸੀਂ। ਗੁਰਦੁਆਰਾ ਸਾਹਿਬ ਦੇ ਦਰਸ਼ਨ ਅੰਦਰੋਂ, ਅਤੇ ਵੀਡੀਓ ਤੁਹਾਡੀਆਂ ਵਧੀਆ ਲੱਗਣ ਤਾਂ ਹੱਲਾ ਸੇਰੀ ਦੇ ਲਈ ਸਾਡੇ ਚੈਨਲ ਨੂੰ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਕੜਾਹ ਪ੍ਰਸ਼ਾਦ ਦੇਗ ਪਰਚੀ
ਕਰਾਉਣੇ ਆ ਉੱਥੇ ਕੜਾਹ ਪ੍ਰਸ਼ਾਦ ਦੀ ਪਰਚੀ। ਆਹ ਕਿਰਾਇਆ ਪ੍ਰਸ਼ਾਦ ਆਪਾਂ ਨੂੰ, ਅਤੇ ਇੱਧਰ ਆ ਗਈ ਉਹ ਜੰਡ ਜਿੱਥੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੇ ਜੰਡ ਹੇਠਾਂ ਵਿਸ਼ਰਾਮ ਕੀਤਾ ਸੀਗਾ, ਅਤੇ ਕਰਾਉਣੇ ਵਾਲੇ ਉਹ ਦਰਸ਼ਨ। ਅਤੇ ਆਹ ਗੁਰਦੁਆਰਾ ਸਾਹਿਬ ਅਤੇ ਆਹ ਨਿਸ਼ਾਨ ਸਾਹਿਬ ਆ ਜੀ। ਸਹੀ ਦਾ ਬਣਾਇਆ ਜਾਂਦਾ ਹੈ ਉਹ ਪ੍ਰਬੰਧ ਕਰ ਸਕਦਾ।
ਗੁਰਦੁਆਰਾ ਸਾਹਿਬ ਦਾ ਬੈਕ ਸਾਈਡ ਦਾ ਏਰੀਆ ਆ ਗਿਆ। ਇੱਧਰਲੀ ਸਾਈਡ ਲੰਗਰ ਚੱਲਦਾ, ਉੱਥੇ ਬੈਕ 'ਚ ਗੁਰੂ ਕਾ ਲੰਗਰ ਗੁਰਦੁਆਰਾ ਦੇ ਸਾਹਿਬ ਦੇ ਬੈਕ ਸਾਈਡ 'ਤੇ ਆ ਗੁਰਦੁਆਰਾ ਸਾਹਿਬ ਆ ਗਿਆ ਇੱਧਰ ਮੂਹਰੇ, ਅਤੇ ਅੰਦਰ ਪਾਰਕਿੰਗ ਵੀ ਹੈਗੀ ਆ ਗੁਰਦੁਆਰਾ ਸਾਹਿਬ ਦੇ ਅੰਦਰ। ਬਾਹਰ ਦੇ ਪਾਸੇ ਚਾਹ ਦਾ ਲੰਗਰ ਚੱਲ ਰਿਹਾ ਵਾ ਗੁਰਦੁਆਰਾ ਸਾਹਿਬ, ਅਤੇ ਅੰਦਰ ਲੰਗਰ ਇੱਧਰਲੀ ਸਾਈਡ, ਅਤੇ ਆ ਗਿਆ ਪਾਰਕਿੰਗ ਏਰੀਆ ਅੰਦਰਲੀ ਸਾਈਡ। ਅਸੀਂ ਤਾਂ ਬਾਹਰ ਹੀ ਲਾਈ ਸੀ ਗੱਡੀ, ਅਤੇ ਆ ਲੰਗਰ ਹਾਲ ਆ ਗਿਆ ਗੁਰਦੁਆਰਾ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਠ ਪੋਹ ਦੀ ਰਾਤ ਨੂੰ ਮਾਛੀਵਾੜੇ ਦੇ ਜੰਗਲ ਸੰਘਣੇ ਜੰਗਲਾਂ ਵਿੱਚੋਂ ਇਸ ਖੂਹ 'ਤੇ ਪਹੁੰਚੇ। ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਇੱਥੋਂ, ਅਤੇ ਇੱਥੋਂ ਚੜ੍ਹਦੇ ਵੱਲ 70 ਗਜ਼ ਦੀ ਦੂਰੀ 'ਤੇ ਜੰਡ ਥੱਲੇ ਜਾ ਕੇ ਆਰਾਮ ਕੀਤਾ। ਇਸ ਹੀ ਖੂਹ 'ਤੇ ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਤੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਹੁਕਮ ਵੀ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਇਸ ਖੂਹ ਨੂੰ ਛੋਹ ਪ੍ਰਾਪਤ ਹੈ, ਅਤੇ ਇਸ ਖੂਹ ਦਾ ਜਲ ਚੱਕੋ, ਦਰਸ਼ਨ ਕਰੋ। ਇਹ ਪੁਰਾਤਨ ਪਾਣੀ ਕੱਢਣ ਵਾਲਾ ਖੂਹ ਵਿੱਚੋਂ ਗਿਆ ਹੋਇਆ, ਅਤੇ ਇਹਦੇ ਨਾਲ ਹੀ ਪਵਿੱਤਰ ਸਰੋਵਰ ਸਾਹਿਬ ਆ ਗੁਰਦੁਆਰਾ ਸਾਹਿਬ ਦਾ। ਆਪਾਂ ਸਰੋਵਰ ਸਾਹਿਬ 'ਚ ਆ ਗਏ,
ਅਤੇ ਇੱਥੇ ਖੂਹ ਦਾ ਜਲ ਇੱਥੋਂ ਨਿਕਲਦਾ ਵਾ, ਟੂਟੀਆਂ ਲਾਈਆਂ ਹੋਈਆਂ ਨੇ। ਇੱਥੋਂ ਤੁਸੀਂ ਪਵਿੱਤਰ ਜਲ ਦਾ ਜਲ ਛਕ ਸਕਦੇ ਹੋ, ਲਿਖਿਆ ਵੀ ਹੋਇਆ। ਆਹ ਪੁਰਾਤਨ ਬਿਲਡਿੰਗ ਆ ਉਹਦੇ ਦੀ। ਅਤੇ ਆਹ ਐਂਟਰੀ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ।